ਅੱਜ ਕੱਲ ਪੰਜਾਬੀ ਗਾਇਕਾਂ ਦਾ ਮਾੜਾ ਸਮਾਂ ਚੱਲ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਪੰਜਾਬੀ ਗਾਇਕ ਆਪਣੇ ਹੀ ਕਈ ਗੱਲਾਂ ਨੂੰ ਲੈ ਕੇ ਸੁਰਖੀਆਂ 'ਚ ਚੱਲ ਰਹੇ ਨੇ। ਪਹਿਲਾਂ ਐਲੀ ਮਾਂਗਟਰ ਰੰਮੀ ਰੰਧਾਵਾ ਦੀ ਲੜਾਈ, ਫਿਰ ਗੁਰਦਾਸ ਮਾਨ ਦੇ ਸਟੇਜ ਸ਼ੋਅ ਦਾ ਵਿਵਾਦ, ਗੁਰਨਾਮ ਭੁੱਲਰ ਵੱਲੋਂ ਕੀਤੀ ਗਲਤੀ ਤੇ ਸਭ ਤੋਂ ਵੱਧ ਚਰਚਾ 'ਚ ਆ ਰਹੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ। ਹਲੇ ਇਹਨਾਂ ਦੇ ਵਿਵਾਦ ਠੰਡੇ ਨਹੀਂ ਸੀ ਹੋਏ ਕਿ ਹੁਣ ਇੱਕ ਹੋਰ ਪੰਜਾਬੀ ਮਸ਼ਹੂਰ ਗਾਇਕ ਬੱਬੂ ਮਾਨ ਵਿਵਾਦਾਂ ਵਿੱਚ ਘਿਰ ਗਏ। ਬੱਬੂ ਮਾਨ ਨੇ ਤਾਂ ਆਪਣੇ ਇੱਕ ਸਰਦਾਰ ਫੈਨ ਨੂੰ ਥੱਪੜ ਹੀ ਜੜ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਸਭ ਤੋਂ ਪਹਿਲਾਂ ਦੇਖੋ ਇਹ ਪੂਰੀ ਵੀਡੀਓ। ਤੁਹਾਨੂੰ ਦੱਸ ਦਈਏ ਕਿ ਇਹ ਸਰਦਾਰ ਮੁੰਡਾ ਬੱਬੂ ਮਾਨ ਨਾਲ ਫੋਟੋ ਖਿਚਵਾਉਣਾ ਚਾਹੁੰਦਾ ਸੀ, ਪਰ ਭੀੜ ਤੋਂ ਬੁਖਲਾਏ ਹੋਏ ਬੱਬੂ ਮਾਨ ਨੇ ਆਪਣੇ ਫੈਨ ਦੇ ਥੱਪੜ ਜੜ ਦਿੱਤਾ, ਜਿਸ ਤੋਂ ਬਾਅਦ ਇਹ ਹੰਗਾਮਾ ਹੋ ਗਿਆ। ਫਿਲਹਾਲ ਇਹ ਵੀਡੀਓ ਕਿੱਥੋਂ ਦੀ ਹੈ ਇਸਦਾ ਹਾਲੇ ਕੁਝ ਵੀ ਪਤਾ ਨਹੀਂ ਲੱਗ ਸਕਿਆ, ਪਰ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਕਲਾਕਾਰ ਨੇ ਅਜਿਹੀ ਗਲਤੀ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਨਾਮੀ ਕਲਾਕਾਰ ਵਿਵਾਦਾਂ ਵਿੱਚ ਚੱਲ ਰਹੇ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।